अस्सलाम वालेकुम दोस्तों, आज मेरा भाई है और इनका क्या साहब और क्या साहब। अस्सलाम वालेकुम भाई जान। भाई जान थोड़ा नाँ की जरा पहले जमील, जमील। हाँ जी। तो तुम ये दसो तुम ये काम करने में कितनी देर हो चुकी? तुम खुद काम कर रहे इतने मुलाजम जो की हिसाब है? मुलाजम है। मुलाजम कितनी तनख्वाह ला रहा जी इतने? दिहाड़ी का हिसाब है। अच्छा, तो ये टहल किस तरीके तैयार करते भी दसो, तो दसो भी इन्हें की चीज़ा पाते? तो मसाला सीमेंट जो भी है प्लास्टर पैरस पत्थर का ही बनता है। हाँ, तो कितों लेंगे इस्लामाबाद तो लैंना या कुआर तो आना? तो ये टहल जी कि एक दिन मतलब तैयार कर रहे जी? 100-110 सेल कितने कर रहे जी? सेल कस्टमर ला जाते मजदूर होने चाहिए? इस्लामाबाद ਕਿੰਨੀਆਂ ਬੋਰੀਆਂ ਤੁਸੀਂ ਇੱਕ ਟਾਈਮ ਤੇ ਲੈ ਕੇ ਆ ਰਹੇ ਜੀ ਉੱਥੋਂ? ਇਕੱਠੀਆਂ ਬੋਰੀਆਂ ਆ ਰਹੇ ਨੇ, 7-800 ਬੋਰੀ ਇਕੱਠੇ ਆ। 7-800 ਬੋਰੀ ਲੈ ਕੇ ਆ ਰਹੇ ਜੀ। ਤੇ ਇਹ ਟਾਈਮ ਤੁਸੀਂ ਇੱਕ ਦਿਨ ਦੀ 110 ਸੇ ਤਿਆਰ ਕਰ ਲੈਂਦੇ ਜੀ? ਤੇ ਕਿਸ ਹਿਸਾਬ ਨਾਲ ਸੇਲ ਕਰਦੇ? ਕੀ ਰੇਟ ਬਣਦਾ ਇਹਨਾਂ ਸੇਲ ਬਣਾਉਂਦਾ? ਤੇ ਸੇਲ ਕਿਵੇਂ ਕਰਦੇ ਜੀ, ਕਿ ਰੇਟ ਕੀ ਹੁੰਦਾ? 45 ਰੁਪਏ 47 ਰੁਪਏ ਸੇਲ ਕਰਦੇ ਜੀ। ਠੀਕ ਹੋ ਗਿਆ। ਅੱਛਾ ਭਾਈ ਜਾਨ, ਇਹ ਦੱਸਿਆ ਜੀ ਇਹ ਤੁਸੀਂ ਜਿਹੜਾ ਕਾਰੋਬਾਰ ਕਰਦੇ ਪਏ ਜੀ, ਇਹ ਤੁਹਾਨੂੰ ਕਰਦੇ ਨੂੰ ਕਿੰਨੀ ਦੇਰ ਹੋ ਗਈ ਹੈ? ਮੈਂ ਤਾਂ ਇੱਥੇ ਮਜ਼ਦੂਰ ਹਾਂ ਵੀ, ਠੇਕੇਦਾਰ ਹੈਗਾ ਨੂੰ ਕਾਫੀ ਸਾਲ ਹੋ ਗਏ, 5-4 ਸਾਲ ਹੋ ਗਏ। ਅੱਛਾ, ਤੇ ਇਸ ਕਾਰੋਬਾਰ ਇਹ ਕਿੰਨਾ ਕੁ ਤਜਰਬਾ ਹੈਗਾ? ਕਾਰੋਬਾਰ ਨੇ ਕੋਈ 4-5 ਸਾਲ ਹੋ ਗਏ ਨੇ ਬਸ। ਤੇ ਇਹ ਕਾਰੋਬਾਰ ਅਗਰ ਕੋਈ ਕਰਨਾ ਚਾਹੇ ਇਹਦੇ ਚ ਕੋਈ ਬਚਤ ਕੁਚ ਦਾ ਹਾਸਲ ਹੁੰਦੀ ਹੈ? ਇੱਕ ਟਾਇਰ ਵਿੱਚ ਤਾਂ ਕਿੰਨੇ ਰੁਪਏ ਲੱਗਦੇ? 2 ਰੁਪਏ ਬਸ ਇਹ ਹੀ ਬਚਤ ਇੱਕ ਟਾਇਰ ਵਿੱਚ। ਅੱਛਾ, ਤੇ ਇਹ ਤੁਸੀਂ ਜ਼ਿਆਦਾਤਰ ਤੁਸੀਂ ਕਹਿੰਦੇ ਕਸਟਮਰ ਲੈ ਕੇ ਜਾਂਦੇ ਨੇ ਮੁੱਲ ਜਿੰਨਾ ਕੰਮ ਕਰਨਾ ਹੁੰਦਾ ਹੈ, ਅਗਰ ਤੁਸੀਂ ਸ਼ਹਿਰ ਦੇ ਵਿੱਚ ਵੇਚਣਾ ਚਾਹੋ ਫਿਰ ਵੀ ਵਿਕ ਜਾਂਦੀ ਕਿ ਨਹੀਂ? ਵਿਕ ਜਾਂਦੀ, ਹਰ ਜਗ੍ਹਾ ਦੇ ਵਿਕਦੀ, ਬਾਕੀ ਰੇਟ ਦੇ ਹਿਸਾਬ ਨਾਲ ਹੀ ਹੈ, ਜਿੱਥੇ ਮਰਜ਼ੀ ਹਰ ਜਗ੍ਹਾ ਦੇ ਵਿਕਦੀ ਹੈ। ਅਗਰ ਕੋਈ ਦੋਸਤ ਜਾਂ ਭਾਈ ਕਾਰੋਬਾਰ ਕਰਨਾ ਚਾਹੁੰਦਾ ਹੋਵੇ, ਤਕਰੀਬਨ ਕਿੰਨੇ ਪੈਸਿਆਂ ਨਾਲ ਕੰਮ ਸ਼ੁਰੂ ਕਰ ਸਕਦਾ? 4-5 ਲੱਖ ਰੁਪਇਆ ਲੱਗ ਜਾਂਦਾ। ਇਹ ਸਮਾਨ ਕੀ ਕੀ ਲਿਆਉਣਾ ਪੈਂਦਾ? ਸਮਾਨ ਕੀ ਕੀ ਲਿਆਉਣਾ ਪੈਂਦਾ? ਕਾਫੀ ਲੋਹੇ ਦਾ ਸਾਰਾ ਸਮਾਨ ਹੈਗਾ। ਮਜ਼ਦੂਰ ਕਿੰਨੇ ਘੱਟ ਤੋਂ ਘੱਟ ਰੱਖਣੇ ਚਾਹੀਦੇ ਨੇ ਕੰਮ ਦੇ ਵਿੱਚ? 3-4 ਲੱਗੇ ਨੇ ਇੱਥੇ, ਇੰਨੇ ਲਾਣੇ ਪੈਂਦੇ ਨੇ। 3-4 ਮਜ਼ਦੂਰ ਹੀ ਰੱਖੇ ਨੇ, ਮਤਲਬ ਅਗਰ ਉਹ ਕਾਰੋਬਾਰ ਕਰਨਾ ਚਾਹੇ ਉਹਨੂੰ ਉਹਦੀ ਰੋਜ਼ੀ ਲੱਭ ਲੁਕ ਜਾਏਗੀ। ਠੀਕ ਹੋ ਗਿਆ। ਤੇ ਤੁਹਾਡੀਆਂ ਰੋਜ਼ ਦੀਆਂ ਟੈਲਾਂ ਜਿਹੜੀਆਂ ਇੱਥੇ ਅੰਦਾਜ਼ੇ ਦੇ ਮੁਤਾਬਕ ਗਰਮੀ ਤੇ ਸਰਦੀ ਦੇ ਕੀ ਹਿਸਾਬ, ਕਿੰਨੀਆਂ ਕੁ ਸੇਲ ਹੋ ਜਾਂਦੀਆਂ ਨੇ ਇੱਕ ਅੰਦਾਜ਼ੇ ਨਾਲ? ਇੱਕ ਵਾਰੀ ਤੁਹਾਡੀ 110 ਕਦੀ ਘੱਟ ਵੱਧ ਚਲੇ ਜਾਂਦੇ, ਕਦੀ 100 ਵੀ ਚਲੇ ਜਾਂਦੇ ਆ, ਕਦੀ 50 ਚਲੇ ਜਾਂਦੇ ਆ, ਸਾਲ ਕਦੀ ਨਹੀਂ ਵੀ ਜਾਂਦੇ। ਤੁਸੀਂ ਕਹਿ ਰਹੇ ਜੇ ਤੁਸੀਂ 100 ਟੈਲ ਦੀ ਤੁਸੀਂ ਕਹਿ ਰਹੇ ਸੇਲ ਹੁੰਦੀ ਤੇ ਫਿਰ ਤੁਹਾਨੂੰ 1 ਰੁਪਿਆ ਤੁਸੀਂ ਕਹਿੰਦੇ ਬਚਦਾ, 200 ਟੈਲ ਸੇਲ ਹੋਵੇ ਫਿਰ ਤੁਹਾਨੂੰ 200 ਰੁਪਿਆ ਬਚੇਗਾ, ਇਹ ਕੀ ਹਿਸਾਬ ਹੈ? ਉਹ ਹਿਸਾਬ ਨਾ ਫਿਰ ਮਹੀਨੇ ਦਾ ਸੇਲ ਦਾ ਹਿਸਾਬ ਤੇ ਹੁੰਦਾ ਪੈਸੇ। ਤੇ ਦਿਹਾੜੀ ਕਿੰਨੀ ਮਜ਼ਦੂਰਾਂ ਨੂੰ ਦਿੰਦੇ ਜੀ? 70 ਰੁਪਏ ਲੈਂਦੇ ਨੇ ਇੱਕ ਪੀਸ ਦੇ। ਇੱਕ ਪੀਸ ਦੇ? ਤੇ ਅੱਛਾ ਇਹ ਗੱਲ ਦੱਸਿਆ ਜੀ ਕਿ ਇਹ ਜਿਹੜੇ ਕਾਰੋਬਾਰ ਮਤਲਬ ਕਿ ਕੰਮ ਕਰਦੇ ਨੇ, ਤੁਸੀਂ ਕਹਿੰਦੇ ਜੀ ਇੱਕ ਬੰਦਾ 100 ਟੈਲ ਕੱਢਦਾ ਜਾਂ ਚਾਰੇ ਬੰਦੇ 100 ਕੱਢਦੇ? ਨਹੀਂ, ਇੱਕ ਇੱਕ ਬੰਦਾ 100-100 ਟੈਲ ਕੱਢਦਾ। ਠੀਕ ਹੋ ਗਿਆ। ਇੱਕ ਇੱਕ ਬੰਦਾ 100 ਟੈਲ ਕੱਢਦਾ, ਰੋਜ਼ ਦੀ ਕੱਢਦਾ, ਤੇ 4 ਮਜ਼ਦੂਰ ਨੇ, ਤੇ ਫਿਰ ਤਾਂ 400 ਟੈਲ ਬਣਦੀ ਨੇ। 400 ਟੈਲ। ਅੱਛਾ, ਤੇ ਅੱਛਾ ਤੁਸੀਂ ਕਹਿੰਦੇ ਭਾਈ ਇੱਕ ਕਨਾਲ ਜਗ੍ਹਾ ਹੋਣੀ ਚਾਹੀਦੀ, ਤੁਸੀਂ ਕੋਈ مشورہ ਦੇਵੋ ਇਹ ਕਾਰੋਬਾਰ ਸਹੀ ਹੈ ਜਾਂ ਇਹਦੇ ਤੋਂ ਹਟ ਕੇ ਕਾਰੋਬਾਰ ਕਰ ਲਵਣ
ਅਗਰ ਤੁਹਾਨੂੰ ਕਰਦੇ ਨੂੰ ਤੁਸੀਂ ਕਹਿੰਦੇ ਕਾਫੀ ਦੇਰ ਹੋ ਗਈ ਤੁਹਾਨੂੰ ਇਹਦੇ ਕੋਈ ਬੱਚੇ ਪੁੱਛੇ ਲੱਭਦੀ ਵੀ ਕੌਣ ਲੱਭਦਾ ਠੇਕੇਦਾਰ ਨੂੰ ਭਾ ਜਿਹੜਾ ਲੱਭਣਾ ਨੇ ਮਜ਼ਦੂਰ ਨੂੰ ਕੀ ਲੱਭਣਾ ਤੁਸੀਂ ਇੱਥੇ ਮਜ਼ਦੂਰੀ ਕਰਦੇ ਜੀ ਹਾਂਜੀ ਵੈਸੇ ਤੁਸੀਂ ਤੁਹਾਡੀ ਮਤਲਬ ਕਿ ਰੋਜ਼ ਹੀ 100 ਜਾਂ 150 ਟੈਲ ਚਲੀ ਜਾਂਦੀ ਹੈ ਕਿਸੇ ਆ ਕਦੇ ਚਲੇ ਜਾਂਦੇ ਕਦੇ ਨਹੀਂ ਵੀ ਜਾਂਦੇ ਸਹੀ ਦੋਸਤੋ ਇਹ ਸੀ ਅੱਜ ਦੀ ਵੀਡੀਓ ਆਪਕੋ ਅੱਛਾ ਦੋਸਤੋ ਤੋਂ ਇਹ ਹਮ ਦਿਖਾਤੇ ਹੈ ਆਪਕੋ ਟਾਇਰ ਕਾ ਬਿਜ਼ਨਸ ਬਿਜ਼ਨਸ ਮਾਸ਼ਾਅੱਲਾ ਸ਼ਾਨਦਾਰ ਤੋ ਇਹ ਵਰਕਰ ਹੈ ਇਤਨੀ ਜ਼ਿਆਦਾ ਜੋ ਹੈ ਇਨਫੋਰਮੇਸ਼ਨ ਤੋ ਇਹ ਨਹੀਂ ਰੱਖਤੇ ਲੇਕਿਨ ਮੇਰੇ ਹਿਸਾਬ ਸੇ ਬਿਜ਼ਨਸ ਬਹੁਤ ਅੱਛਾ ਹੈ ਤੋ ਜੋ ਦੋਸਤ ਕਰਨਾ ਚਾਹੇ ਇਸਕੋ ਜ਼ਰੂਰ ਕਰੇ ਇਹ ਸਮਾਨ ਕੇ ਬਾਰੇ ਮੇਂ ਵੀ ਭਾਈ ਸਾਹਿਬ ਨੇ ਬਤਾਇਆ ਕਾਫੀ ਕੁਐਸਚਨਸ ਹੈ ਜੋ ਇਹ ਟਾਇਲ ਵਗੈਰਾ ਜੋ ਹੈ ਖੁਸ਼ਕ ਹੋ ਰਹੀ ਹੈ अच्छा तो भाई साहब से कुछ एक दो सवाल और पूछने थे अच्छा भाई साहब एक सवाल सानू और जरा दस दे टाइल जले तुसी सुकांदे किन्नी देर लग जानी सुकण च कुछ कौन सर्दे सर 10-15 दिन लग जांदे 10-15 दिन हां जी ठीक हो गया है बाकी सारा मटेरियल है दोस्तों ਉਮੀਦ ਕਰ ਰਿਹਾ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੈਗੀ ਹੈ ਜਿਹੜਾ ਇਸਲਾਮਾਬਾਦ ਵਿੱਚੋਂ ਲੈ ਕੇ ਟੀਨ ਦੇ ਤੋੜੇ ਜਿਹਾ ਵਿੱਚ ਇਸਤੇਮਾਲ ਕਰਦੇ ਨੇ ਦੋਸਤੋ ਵੀਡੀਓ ਪਸੰਦ ਆਉਣ ਦੀ ਸੂਰਤ ਮੈਂ ਇਸਕੋ ਲਾਈਕ ਕਰੇਂ ਦੋਸਤੋ ਕੇ ਸਾਥ ਸ਼ੇਅਰ ਕਰੇਂ ਕਮੈਂਟ ਬਾਕਸ ਮੈਂ ਆਪਣੀ ਰਾਏ ਕਾ ਇਜ਼ਹਾਰ ਲਾਜ਼ਮੀ ਕਰੇਂ ਦੇਖਤੇ ਰਹੀਏ ਹਕਾਇਕ ਸਰਚ ਅੱਲਾਹ ਹਾਫਿਜ਼